ಜೊತೆಗೆ ಹಸನ್ ಅಲೈಹಿ ಸಲಾತು ವಸಲಾಂ ಸಲವಾತು ಬಿಸ್ಮಿಲ್ಲಾಹಿರ್ರಹ್ಮಾನಿರ್ರಹೀಮ್ ಯಾ ರಬ್ಬಿ ಹುಸೈನ್ ಅಲೈಹಿ ಸಲಾತು ವಸಲಾಂ ಬೆಹಕ್ಕೆ ಹುಸೈನ್ ಅಲೈಹಿ ಸಲಾತು ವಸಲಾಂ ಹುಸೈನ್ ಅಲೈಹಿ ಸಲಾತು ವಸಲಾಂ ಇಲಾಹಿ ಜಿಕ್ರ ಪಾಕ್ ಕಬೂಲ್ ಫರ್ಮಾ ಬಾನಿಯಾನ್ ದಿ ಮೆಹನತ್ ಕಬೂಲ್ ಫರ್ಮಾ ಜಮೀ ಹಾಜರೀನ್ ದ ಟುರಾಯಾ ಕಬೂಲ್ ಫರ್ಮಾ ಸಾಡಿ ನೌಕರಿ ಕಬೂಲ್ ಫರ್ಮಾ ಸಾಡೇ ವಾರಿಸ ದಿಲ್ ದಿ ಜ਼ਹੂਰ ਫਰਮਾ ਇਸ ਕਾਬਿਲ ਬਣਾ ਇਮਾਮ ਦੀ ਜ਼ਿਆਰਤ ਮੁਸ਼ਰਫ ਜਿਤਨੇ ਹਾਜ਼ਰ ਹਨ ਮਾਲਿਕ ਗੁਨਾਹ ਮਾਫ ਫਰਮਾ ਅੱਲਾਹੁਮਾ ਸੱਲੇ ਅਲਾ ਮੁਹੰਮਦ ਅਲ ਮੁਹੰਮਦ ਵਾਜਲ ਫਰਮਾ ਦੁਆਏ ਮਾਲਕ ਜਮੀ ਹਾਜ਼ਰੀਨ ਦਾ ਟੁਰਾਇਆ ਕਬੂਲ ਫਰਮਾਏ ਅੱਲਾਹ ਸੈਯਦਾਦੇ ਦੀ ਮਿਹਨਤ ਕਬੂਲ ਫਰਮਾਏ ਕੋਈ ਜ਼ਿਆਦਾ ਦੇਰ ਨਹੀਂ ਹਾਜ਼ਰੀ ਲਿਸਟ 'ਚ ਨਾਮ ਦਰਜ ਹੋ ਜਾਵੇ ਹੁਕਮ ਮਿਲੇ ਇੱਕ ਜੁਮਲੇ ਵਾਸਤੇ ਸੋਹਣਾ ਪੁੱਤਰ ਹੈ ਸ਼ਬੀਰ ਦਾ ਅਲੀ ਅਕਬਰ ਅਸਲਾਮ ਮੈਂ ਵਾਧਾ ਦਾਂ ਕੁਛ ਬੰਦੇ ਹਾਜ਼ਰ ਨੇ ਮਿੰਨਤ ਤਰਲੇ ਵਾਲੀ ਬਾਤ ਨਹੀਂ ਅਲੀ ਅਕਬਰ ਸ਼ੁਰੂ ਕੀਤਾ ਥੋੜ੍ਹਾ ਜਿਹਾ ਸਾਊਂਡ ਬਣਾ ਮੈਂ ਆਖੇ ਬਹੁਤ ਸੋਹਣਾ ਪੁੱਤਰ ਹੈ ਦਰਜਾਤ ਬੁਲੰਦੋਵੇਨ ਬਾਬੇ ਆਸ਼ਕ ਹੁਸੈਨ ਸ਼ਾਹ ਦੇ ਉਹ ਪੜ੍ਹਦੇ ਰਹਿੰਦੇ ਹਨ ਸ਼ਬੀਰ ਦੇ ਘਰ 'ਚ ਦੋ ਸ਼ਹਿਜ਼ਾਦੇ ਸੋਹਣੇ ਏਡੇ ਵੱਡੇ ਹਨ ਇੱਕ ਹਾਸ਼ਮੀਆਂ ਦਾ ਮਾਣ ਜਿਹਦਾ ਨਾਮ ਭਾਈ ਅੱਬਾਸ ਦੂਜਾ ਹੁਸੈਨ ਦਾ ਅਲੀ ਅਕਬਰ ਫਿਰ ਮੈਨੇ ਬਾਜ਼ਾਰ ਮਦੀਨਾ ਖੁੱਲ੍ਹਿਆ ਦੁਕਾਨਦਾਰ ਦੁਕਾਨਾਂ ਖੋਲ੍ਹਣਾ ਗਾਹਕਾਂ ਦਾ ਰਸ਼ ਥੀ ਵਿਆ ਮੈਨੂੰ ਦੇਖ ਭਾਈ ਗਾਹਕ ਦੁਕਾਨਦਾਰ ਦੇ ਹੱਥ 'ਤੇ ਪੈਸੇ ਰੱਖੇ ਨਾ ਅਤੇ ਆਖੇ ਨਾ ਉਹ ਫੁੱਲਾਂ ਚੀਜ਼ ਦੇ ਇਹਨੂੰ ਗੁਜ਼ਰੇ ਨਾ ਅਕਬਰ ਅਤੇ ਅੱਬਾਸ ਦੁਕਾਨਦਾਰ ਪੈਸੇ ਵਾਪਸ ਕਰ ਦਿੰਦਾ ਹਾਂ ਅਤੇ ਆਦਾ ਹਾਂ ਭਰਾ ਬਾਜ਼ਾਰ ਏ ਜਿੱਥੋਂ ਦਿਲ ਕਰੇ ਗਿਣ ਗਿਣੇ ਦੇਖਣ ਦੇ ਕੋਈ ਬਾਜ਼ਾਰ 'ਚ ਨਿਤ ਗੁਜ਼ਰਦੇ ਬਸ ਤੇਰੀ ਇਤਨੀ ਹੈ ਕਾਫੀ ਹੈ ਇਹਦੇ ਇੰਤਜ਼ਾਰ 'ਚ ਹੈ ਚਾਰ ਬੰਦੇ ਹੈ ਚੱਕਰ ਆਮਣ ਦਾ ਮਕਸਦ ਅਸਲਾਂ ਮੈਂ ਲੱਗ ਬਹੁਤ ਸੋਹਣਾ ਆਈ ਸ਼ਬੀਰ ਦਾ ਪੁੱਤਰ ਕਈ ਕਈ ਦਫ਼ਾ ਰਾਤੀਂ ਉੱਠੀ ਕੇ ਗਰੀਬ ਪੁੱਤਰ ਦਾ ਸੀਨਾ ਚੁੰਮਦਾ ਆਈ ਸਦਕ ਥੀ ਵਣਾ ਜਿਤਨਾ ਸੋਹਣਾ ਹੈ ਉਤਨਾ ਪਿਆਰਾ ਹੈ ਤੂੰ ਹੈਰਾਨ ਬੈਠੇ ਮੈਂ 70 ਪਿਆ ਦਾ ਜਿਤਨਾ ਪਿਆਰਾ ਹੈ ਉਤਨਾ ਔਖਾ ਟੋਰਸ ਅਜੇ ਕਈ ਬੰਦੇ ਹੈ ਨਹੀਂ ਕਰ ਸਕੇ ਅਮੀਰ ਹੈ ਉਹ ਬੰਦਾ ਜਿਹੜਾ ਹੈ ਨਹੀਂ ਕਰ ਸਕਾ ਜਿਤਨਾ ਔਖਾ ਟੋਰਸ ਉਤਨਾ ਅਕਬਰ ਔਖਾ ਲੱਥ ਹੈ ਸੈਯਦਾਦਾ ਤੇਰੀ ਜੱਦ ਦੀ ਕਸਮ ਹੈ ਜਿਤਨਾ ਔਖਾ ਲੱਥ ਹੈ ਉਤਨਾ ਪਿਓ ਲਾਸ਼ ਤੇ ਔਖਾ ਆਇਆ ਸ਼ਾਬਾਸ਼ ਅਲਹਮਦੁਲਿਲਾ ਜ਼ਿੰਦਗੀ ਸੋਹਣੀ ਹੈ ਇਹਦਾ ਨਾਮ ਹੈ ਮਜਲਿਸ ਹੁਸੈਨ ਜਿਹੜੀ ਤੁਸੀਂ ਹੈ ਕੀਤੀ ਮੈਂ ਕਾਇਨਾਤ ਕੁਰਬਾਨ ਕਰਾਂ ਕਰਬਲਾ ਚ ਕਾਂਢੀ ਢੇਰ ਹਨ ਕਹਿ ਵਜ਼ਨੀ ਹਾਰ ਪਾਏ ਜਾਂ ਕੁਚਾ ਨਹੀਂ ਸੰਗਾ ਆਖਸ ਬਾਬਾ ਮੈਂ ਲਾਂਹਦਾ ਪੀਆਂ ਗਰੀਬ ਆਦੇ ਆਂਹਦਾ ਪੀਆਂ ਮੈਦਾਨ 'ਚ ਅਕਬਰ ਜਣੀ ਮੈਦਾਨ 'ਚ ਅਲੀ ਅਕਬਰ ਜਣੀ ਠਿੱਬੇ 'ਤੇ ਹੁਸੈਨ ਜਣੀ ਦਰ ਤੇ ਸੈਦਾਂ ਦੀ ਦਾਈ ਜਣੀ ਆਈ ਤੇ ਖੇਮਾ ਚਲੀ ਦੀ ਧੀ ਜਣੀ
ਸ਼ੀਆ ਮਿਆਣੇ ਵਾਲਿਓ ਕਰਬਲਾ ਦੀ ਧਰਤੀ ਜੋ ਹੱਲੀਏ ਨਾ, ਠੱਟਾ ਸਾਹਿਬ ਵੱਲ ਕਹਿੰਦੇ ਅੰਮਾ ਕਰਬਲਾ ਦੀ ਜ਼ਮੀਨ ਹੱਲੀਏ, ਜਨਾਬ ਫਿਜ਼ਾ ਮਾਤਮ ਕਰਕੇ ਆਦੇ ਸ਼ਬੀਰ ਦੇ ਉਬਾਲੇ ਤੁਰਨ ਤੋਂ ਲੱਗਦਾ ਹੈ ਤੇਰਾ ਅਕਬਰ ਲਹਿ ਗਈ ਹੈ। ਸੁਭਾਨ ਸੁਭਾਨ ਅੱਲਾ, ਕਿਆ ਬਾਤ ਹੈ ਯਾਰ, ਅਲਹਮਦੁਲਿਲਾ। ਜਿਹੜਾ ਮੈਨੂੰ ਦੇਦੇ ਮੈਂ ਉਹਦੇ ਵਾਸਤੇ ਖੜਾ ਪੜਦਾ, ਖੁਦਾ ਗਵਾਹ ਤੋੜ ਤੱਕ ਮੇਰੀ ਹਰ ਚਿਹਰੇ 'ਤੇ ਨਿਗਾਹ ਹੋਏ। ਬੰਦੇ ਚਾਰ ਹੈ ਕਰਨ ਤੇ ਇਹ ਮਜਲਿਸ ਏ ਹੁਸੈਨ। ਜਵਾਨੀ ਦੀ ਮੌਤ ਆਈ, ਸ਼ਬੀਰ ਔਖਾ ਟੁਰੇ, ਭੈਣ ਦਾ ਪਰਦਾ ਬਹੁਤ ਵੱਡਾ ਪਿਆਰਾ ਹੈ। ਮਤਲਬ ਮੇਰੀ ਭੈਣ ਹੀ ਬਾਹਰ ਲੱਗੀ ਆਵਣ, ਦਰ ਤੇ ਆ ਖੜੇ ਅਕਬਰ ਦੀ ਮੌਤ ਦਾ ਮੌਕਾ ਹੁਸੈਨ। ਮੈਂ ਕੁਮੈਂਬਰ ਦੀ ਕਸਮ ਹੈ, ਮੈਂ ਹੈਰਾਨ ਹਾਂ ਬੰਦੇ ਤੇ ਪੜਾਇਆ ਲਈ ਅਕਬਰ ਮੈਨੂੰ ਦੇਖੇ ਨਹੀਂ ਤੇ ਸੱਜੇ ਖੱਬੇ ਧਿਆਨ ਕਰ ਬਾਹਵੇ, ਉਹਦਾ ਮੁਕੱਦਰ ਹੀ ਆਪਣੇ ਉਹ ਕੋ ਛੁੱਟੀਏ। ਪਰਦੇ ਦੇ ਅੰਦਰੋਂ ਭੇਣ ਏ ਤੇ ਬਾਹਰੋਂ ਭਿਰਾ ਏ, ਪਰਦੇ ਦੇ ਅੰਦਰੋਂ ਭੇਣ ਭਿਰਾ ਤੋਂ ਪੁੱਛੇ ਲਹਿ ਗਏ ਗਰੀਬਾਂ ਦੇ, ਲਹਿ ਗਏ ਭੇਣ ਖੜੀ ਆਦੀ ਏ ਜੀਂਦਾ ਮਿਲੇ ਨੇ। ਸ਼ਾਬਾਸ਼ ਜ਼ਿੰਦਗੀ ਹੋਵੀ ਬਈ, ਅਲਹਮਦੁਲਿਲਾ ਗਰੀਬਾਂ ਦੇ ਮਿਲੇ ਨਾ। ਔਖਾ ਟੁਰਈ, ਬਜ਼ੁਰਗਾਂ ਸੱਤਰਾਂ ਪੜੀਆਂ ਮੈਦਾਨ ਹੀ ਚਾਹੇ, ਮੈਂ ਵਹਿਣ ਦੇ ਕਰੀਬ ਆਵਾਂ। ਇੱਜ਼ਤ ਅਲ ਅਮੀਰ ਮਿੰਬਰ 'ਤੇ ਮੌਜੂਦ ਹੈ, ਦੁਆ ਫਰਮਾਏ ਮੈਂ ਸੱਤਰ ਪੜ ਗਿਨਾ ਇਹਨਾਂ ਆਜ਼ਾਦਾਰਾਂ ਤੱਕ ਪਹੁੰਚਾਵਾਂ। ਬਿਸਮਿਲਾ, ਮੈਂ ਵੱਧ ਪਿਆਦਾਂ ਗਰੀਬ ਟੁਰਈ ਮੈਦਾਨ ਹੀ ਚਾਹੇ, ਬਜ਼ੁਰਗ ਮੱਦਾ ਪੜਦੇ ਹਨ ਫਕੀਰ ਸਾਰੇ ਚ ਕਾਸਾ ਵਹਿਣ ਹੈ ਜਵਾਨ। ਤੂੰ ਰੋ ਤੇ ਭਾਵੇਂ ਓਕਾ ਨਾ ਰੋ, ਬਜ਼ੁਰਗਾਂ ਇਹ ਵੀ ਪੜੇ ਫਕੀਰ ਨਹੀਂ ਖਿਦਰ ਨਬੀ ਹਾ। ਇਹ ਸ਼ੀਆ ਮਿਆਣੀ ਹੈ ਤੇ ਮੈਂ ਸੱਤਰ ਪਿਆ ਦਾ ਅਕਬਰ ਕੁੱਲਾਂ ਦਾ ਦੇਖ ਕੇ ਨਬੀ ਫਕੀਰ ਥੀ ਗਿਆ, ਪਿਓ ਦੀ ਕਿਹੜੀ ਹਾਲਤ ਹੋ ਸੀ। ਕਿਆ ਬਾਤ ਹੈ, ਜ਼ਿੰਦਗੀ ਹੋਵੇ ਬਈ, ਅਲਹਮਦੁਲਿਲਾ, ਵਾਹ 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 ਵਾਹ, ਜਵਾਨੀ ਹੋਵੇ ਬਈ, ਨਸਲਾ ਆਬਾਦ ਹੋਵੇ। ਸੁਭਾਨ, ਕਰੀਬ ਹੈ ਜਵਾਨ ਵਜਾਈ ਮੈਡਾ ਨਹੀਂ, ਰੋਂਦਾ ਕਿਉਂ ਹੈ ਤੈਂ ਡਿੱਠਾ ਜੋ ਨਹੀਂ, ਕਰਬਲਾ ਦਾ ਗਰੀਬ ਆਦੇ ਤੈਂ ਡਿੱਠੇ ਆਦੇ ਮੈਂ ਡਿੱਠੇ, ਸ਼ਬੀਰ ਆਦੇ ਇੱਕ ਗੁਲੇ ਦਾ ਵਧਾ ਨਿਸ਼ਾਨੀਆਂ ਮਿਲੇ ਨੇ ਆਦੇ ਮਿਲੇ ਨਾ, ਸ਼ਬੀਰ ਆਦੇ ਦਾ ਫਕੀਰ ਆਦੇ ਪਹਿਲੀ ਨਿਸ਼ਾਨੀ ਸਮਾਨ ਗੋੜੇ ਦਾ ਸਵਾਰ, ਮਰਜ਼ੀ ਤੇਰੀ ਆਪਣੀ ਹੈ। ਕਰਬਲਾ ਦਾ ਗਰੀਬ ਆਦੇ ਰਕਾਬ ਨੱਪ ਕੇ ਚੜਾਇਮ ਬਈ ਨਿਸ਼ਾਨੀ ਆਦੇ ਗੁਲਾਬੀ ਪੱਗ ਸ਼ਬੀਰ ਆਦੇ ਮੈਂ ਸੁਫੈਦ ਵਧਾਈਏ, ਮਰਜ਼ੀ ਤੇਰੀ ਆਪਣੀ ਹੈ ਜ਼ਿੰਦਗੀ ਹੋਵੇ। ਅਲਹਮਦੁਲਿਲਾ, ਹੱਥ ਖੋਲ ਬੈ ਖੁਦਾ ਵਾਸਤੇ, ਅਲੀ ਅਕਬਰ ਖੜਾ ਪੜਦਾ ਮੈਂ ਬਈ ਨਿਸ਼ਾਨੀ ਆਦੇ ਬੁਰਕੇ ਪਾਏ ਹੋਏ ਹੈ, ਦਾੜੀ ਲਾਉਂਦੀ ਪਈ ਆਈ ਸੋਹਣਾ ਬਹੁ ਆਈ, ਸ਼ਬੀਰ ਡਿੱਠੇ ਢੇਰ ਗੱਲਾਂ ਬੁਰਕਾ ਨਾਲ ਚਿਹਰਾ ਛੁਪਾ ਹੋਏ, ਤੈਂ ਕਿਵੇਂ ਡਿੱਠੇ ਜੋ ਦਾੜੀ ਹਾਈ ਸੋਹਣਾ ਹੀ ਹਾਈ। ਬੰਦਾ ਦੇਖਦਾ ਜਿਹੜਾ ਬੈਠਾ ਮਜਲੇ ਸੀ ਜੇ ਅਕਬਰ ਦੇ ਗਾਮੀ ਚੋਂ ਦਾ ਹੱਥ ਸੀਨੇ ਤੇ ਨਹੀਂ ਆਉਂਦਾ, ਜਲੇ ਆਖਿਆ ਨਾ ਬੁਰਕਾ ਨਾਲ ਤਾਂ ਚਿਹਰਾ ਛੁਪਾ ਹੋਏ, ਤੈਂ ਕਿਵੇਂ ਡਿੱਠੇ ਜੋ ਸੋਹਣਾ ਹੀ ਆ ਤੇ ਦਾੜੀ ਹਾਈ। ਫਕੀਰਾਂ ਦੇ ਜੰਗ ਸੋਹਣੀ ਕੀਤੀ ਇਸ, ਮੈਂ ਹਮਲਾ ਡਿੱਠੇ ਲੜਦਾ ਵਧਾ ਹਾਈ, ਅੱਲਾ ਜਾਣੇ ਕਿਤਨੇ ਡੀਹਾਂ ਦਾ ਤੱਸਾ ਹਾ, ਤਰੇ ਮਜਬੂਰ ਕੀਤੇ ਇਸ ਪਰਦੇ ਚੋਂ ਹੱਥ ਕੱਢ ਕੇ ਆਖਸ ਪਾਣੀ, ਉਹਦੇ ਹੱਥ ਚ ਨੂਰ ਦੀ ਲਾਈਟ ਨਿਕਲੀ ਹੈ, ਮੈਨੂੰ ਜ਼ਿਆਰਤ ਦਾ ਸ਼ੌਕ ਥੀ ਹੈ, ਮੈਂ ਕਰੀਬ ਆ ਕੇ ਖਜਵਾਨ ਮਦੀਨੇ ਵਾਲੇ ਮੁਹੰਮਦ ਦਾ ਵਾਸਤੇ ਹੀ ਇੱਥੇ ਘੋੜਾ ਰੋਕ ਬੁਰਕੇ ਹਟਾ ਮੈਂ ਕੋ ਜ਼ਿਆਰਤ ਕਰਾ, ਸ਼ੀਆ ਮਿਆਣੀਏ ਮੇਰੇ ਲੇਖੇ ਆਦੇ ਜਲੇ ਮਦੀਨੇ ਵਾਲੇ ਮੁਹੰਮਦ ਦਾ ਨਾਮ ਹੈ, ਘੋੜਾ ਹੀ ਮੁੜੇਂਦਾ ਹੈ ਬੁਰਕੇ ਛੇਂਦਾ ਹੈ, ਰੋਂਦਾ ਹੀ ਹਾਥ ਆਦਾ ਹਾ, ਰਾਜ ਰਾਜ ਦੇਖ ਹੀ ਦੇ ਦੇਖਣ ਵਾਲੀ ਮਦੀਨੇ ਰਹਿ ਗਈ ਹੈ, ਜਿਹੜੀ ਆਦੀ ਹੈ ਤੂੰ ਨ ਰੋ ਮੈਂ ਲੱਥੀ ਵੈਂਦੀ ਆ। ਸ਼ਾਬਾਸ਼, ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ, ਹੱਕ ਅਦਾ ਕੀਤਾ ਵੇ ਇਵੇਂ ਚਾਹਨਾ ਹੈ, ਹੱਕ ਅਦਾ ਕੀਤਾ ਵੇ ਜ਼ਿੰਦਗੀ ਹੋਵੇ। ਸ਼ਬੀਰਾ ਦੇ ਬਸ ਫਕੀਰਾ ਦੇ ਅੱਲਾ ਜਾਣੇ ਮਦੀਨੇ ਕੌਣ ਰਾਂਦੀ ਹੈ, ਟਿੱਬੇ ਤੇ ਚੜ ਕੇ ਆਦਾ ਹਾਈ ਰਾਹ ਨਭਾ ਲੇ, ਕਰਬਲਾ ਦਾ ਗਰੀਬ ਆਦੇ ਹੁਣ ਮੈਡੋ ਦੇਖ ਫਕੀਰ ਡਿੱਠੇ ਸ਼ਬੀਰ ਆਦੇ ਮੇਰਾ ਪੁੱਤਰੇ, ਮਰਜ਼ੀ ਤੇਰੀ ਆਪਣੀ ਹੈ ਕਰੇ ਜਾਂ ਨਾ ਕਰੇ, ਮੈਂ ਤਾਂ ਸੱਤਰਾਂ ਦੁੱਖ ਦੀਆਂ ਬਿਆਨ ਕਰਨੀਆਂ। ਮੈਂ ਕੋ ਮਿੰਬਰ ਦੀ ਕਸਮ ਹੈ ਜਲੇ ਕਰਬਲਾ ਦੇ ਗਰੀਬ ਆਖੇ ਨਾ ਮੇਰਾ ਪੁੱਤਰੇ ਫਕੀਰ ਆਦੇ ਇਹਦਾ ਜੋ ਸੋਹਣਾ ਹਾਈ ਪਿਆਰਾ ਨਾ ਵੀ, ਕਰਬਲਾ ਦਾ ਗਰੀਬ ਆਦੇ ਪਿਆਰਾ ਬਹੁ ਆਦੀ ਨਾ ਬਚਦਾ, ਫਕੀਰ ਆਦੇ ਤੂੰ ਕੋਈ ਹੁਸੈਨ ਹੈ।
سیدہ دے میں تو دیکھو غریب میں آؤں میں واہ واہ دیندہ رہ جا میں وین دے قریب آ گیا بس اتنا میں چاہنا ہے زندگی ہوئی الحمدللہ جوانی سلامت ہوئے راضی راسو بابا حاضری ڈھیر سارا پند کرنے سفر کرنے ایک ڈیوٹی ہے بسم اللہ کرا آرل کے جوان گلے نے اوکھا پتر دی لاش تے آئی ختم سر چا کے زانوں تے رکھے سی علی اکبر دی داڑی چمی اس ہائے 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 تے فقیر تو ڈٹھس تے قدم جھنے آدھے من گیا تے دے کربلا دا غریب آدھے ہونے تے نامے منے دے آدھے میدان تو گھن کے پتر دیا نہ تک ہر قدم تے دے دایا تیری داڑی سیا آئی جیڑے ویلے دا پتر دی لاش دے سر چا کے زانوں تے رکھے داڑی چمی ہے میڈو ڈٹھے یہ چٹی تھی گئی ہے جی واہ 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 جوانی سلامت ہوئے زندگی راز ہوئے الحمدللہ شلوین قبول ہوئے ماتم پرسہ قبول ہوئے کربلا دا غریب رنے ڈھیر تفصیل ہے ساری مضمون دی نہ پڑھ دا برچھی دا پھل ڈٹھس ہاتھ پیس ہائے میں ڈالا شبیر آکھے کٹ دا تو بچ دا نہیں بھین آکھے جیندہ ملا پتر دو ڈٹھس اکبر جی بابا میں تیرا بڈھڑا پیو ہوں تو میرا جوان پتر ہیں اکبر میرے نال مدد کرا پڑی کھڑا میں مجلس جلے آکھے سنا مدد کرا اکبر آدھے بابا کیڑی ایویں اکھیں وسی ہیں اپنی بھائی میرے گل پا میں اپنی بھائی تیری کمر پہنا اکبر آدھے کنے دیو غریب آدھے وعدہ کرایا جیدہ ملے سا اکبر آدھے بابا کہیں دے نال غریب آدھے توڑ پائیں میری امبھیری دروازے تے آئیے کھڑی ہیں رو رو کے آدھی اوکھا پڑے دی رہی ہیں جیدہ ملے جیدہ رہے جا زندگی ہوئی جکو شرم آئے بندہ نہ روئے جڑا وین کر کے رواں دا دیے سیدادہ تیری جادی قسم ہے جوان بچڑے سہی پیو دے گل چ بہی پئی اللہ گواہ ہے شبیر نے اکبر دا سر موڑے تے رکھیا ہے شبیر اپنی بھائی اکبر دی کمر چ پئی ہے اے شیا میانی ہے تیرے ملا جاننا یا علی کر کے حسین اوکھا اٹھائے منگی کر دعا کہیں بڑھڑے پیو کو جوان کلھے نہ چاوڑا بوئے روڑا لپیو جیدہ چاوے مویا نہ چاوڑا کیا بات ہے یار زندگی ہوئی جنا تھک پیے بندہ نہ روئے علی اکبر کھڑا پڑنا جوانی ہوئی اللہ دعائے اکبر دا سر مونے دے رکھائے یا علی کر کے حسین اوکھا اٹھائے روڑ تیرے مقدر دائے داڑی آنگ چمدان دائے قدم زمیر چمدی آنی ہے کربلا دے غریب نجھائے تا اکبر دے پیرانے پاسے دو ہاتھ نزیر آئے رو کے دے نانا تاج سبنا لگ دے او نبی آنی صاف لگی ہوئی ہے اتھا صدقے جیدارا میں زندگی ہوئی شلوین قبول ہونی نہیں نہیں خدا گواہ تیرا ملا جاننا قیامت دویلا آئی کوئی تلانی مجلس نہ پڑھدا مر جاواں میں جملے نہ پڑھا اکبر دا سر موڑے تے آ روڑ تیرے مقدر دا ہے داڑی آپ چمدا ہے قدم زمین چمدی ہے پتر پیو کو تسلیاں دا دیندا ہے بابا مجھے درو میرو خیر مت جھڑ پو اجا خیمہ تو تھوڑا جتنا دور ہے اکبر دا سر لہن لگی آئے اور روڑ آلے چہرے درنگ تبدیل ہوئے اکھی نتیجن لگ گئی بچڑے کو قدم ریت سمائے غریب ماما لائے خیمہ تو دیکھ کے آدھے جنہا ملنے میرے آئیو اکبر کو آؤ جلدی دے رنا اللہ وہ میدا نہیں بچدا بڑا رو بیٹھا ہے منگی کر دعا کہیں بھیڑ دا کوارا بھرا نہ مرے
ਸ਼ੀਆ ਮਿਆਣੀ ਵਾਲੇ ਅੱਲਾ ਨ ਕਰੇ ਕੈ ਭੇਣ ਦਾ ਖੁਆਰਾ ਫਿਰਾ ਮਰ ਵੰਨੇ ਮੈਨੂੰ ਦੇਖੇ ਮਿੰਬਰ ਦੀ ਕਸਮ ਏ ਹੁਸਨ ਮਿਲਦਾ ਏ ਭੇਣ ਰੋਂਦੀ ਰਹਿੰਦੀ ਏ ਕਫਨ ਮਿਲਦਾ ਏ ਭੇਣ ਰੋਂਦੀ ਏ ਅੱਲਾ ਗਵਾਏ ਜਲੇ ਮਈਆ ਤਿਆਰ ਥੀਂਦੀ ਏ ਚਾਰ ਭਾਈ ਘਰ ਕਿਨਾ ਦਿਨ ਜਾਂ ਰੱਖਦੇ ਵਧੇ ਆਉਂਦੇ ਨੇ ਭੇਣ ਉੱਤੇ ਵੀ ਪੈਂਦੀ ਏ ਉਹ ਗਾਣਾ ਵੀ ਬਣਦੀ ਏ ਉਹਦੇ ਕਫਨ ਦੇ ਨਾਲ ਦੋ ਬੱਚੇ ਨੂੰ ਗਾਂਢ ਵੀ ਦੇਂਦੀ ਏ ਸਾਰੀਆਂ ਬੀਬੀਆਂ ਕੋ ਆਦੀ ਏ ਮੇਰੇ ਭਰਾ ਕੋ ਆਖੋ ਮਿੰਨਤ ਲਾਵੇ ਮੈਨੂੰ ਫੱਲੂ ਵਧਾ ਵੀ ਦੇਵੇ ਅਕਬਰ ਦੀ ਚਾਰ ਸਾਲਾਂ ਦੀ ਭੈਣ ਅਕਬਰ ਦੀ ਬਰਛੀ ਤੇ ਜਾਣੀ ਹੋਈ ਏ ਰੋ ਰੋ ਕੇ ਆਦੀ ਏ ਹੀ ਖਵਾਰੀ ਅੱਖੀਆਂ ਭਾਲ ਹੈ ਪਰਦੇਸੀ ਘਰ ਭੇਣ ਦੇ ਨਾਲ ਕੋਈ ਦਾ ਹੈ ਜ਼ਿੰਦਗੀ ਆਉਣੀ ਤੇਰਾ ਪੱਥਰ ਦਾ ਕਲੇਜਾ ਨਹੀਂ ਆ ਰੋ ਰੋ ਕੇ ਆਦੀ ਏ ਥਈ ਬੈਠੀਆਂ ਸ਼ਾਮ ਤਿਆ ਬੀਬੀ ਮੈਂ ਵੈਣ ਪੜ ਗਿਨਾ ਏ ਆਜ਼ਾਦਾਰ ਸੁਣ ਗਿਨੇ ਮੈਂ ਤੋ ਦੇਖੇ ਅੱਲਾ ਵਾਸਤੇ ਬਾਬਾ ਜੀ ਇਹ ਅਕਬਰ ਦੀ ਲਾਸ਼ ਸਾਰੇ ਹੱਥ ਬਧੀ ਜੀ 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 ਆਦੀ ਏ ਥਈ ਬੈਠੀਆਂ ਸ਼ਾਮ ਤਿਆਰ ਹੈ ਪਰਦੇਸੀ ਜ਼ਿੰਦਗੀ ਹੋਈ ਸਲਾ ਮਾਤਮ ਕਬੂਲ ਹੋਵੀ ਅੱਲਾ ਵਾਸਤੇ ਅੱਲਾ ਵਾਸਤੇ ਹੌਸਲੇ ਨਾਲ ਇਹ ਵੈਣ ਸੁਣ ਗਈ ਨੇ ਇਹ ਅਕਬਰ ਦੀ ਲਾਸ਼ ਅਲੀ ਅਕਬਰ ਦੀ ਭੈਣ ਭਰਾ ਦਾ ਜ਼ਖਮ ਚੁੰਮੈ ਅਲੀ ਅਕਬਰ ਕੋ ਜ਼ਖਮ ਕਿੱਥਾਂ ਆਈ ਬੋਲੋ ਇਵੇਂ ਝੁਕੀ ਏ ਤੇ ਭੈਣ ਮਾਤਮ ਕੀਤਾ ਏ ਰੋ ਰੋ ਕੇ ਪਿਆ ਦੀ ਏ ਦਿਲ ਸਿੱਖਦੀ ਹੈ ਅਕਬਰ ਆਇਓ ਸਿਹਰੇ ਪਹਿਹਾ ਹਲਬ ਦੇ ਪਾਸੇ ਓ ਜਨ ਚੜ੍ਹੇ ਹਾ ਆਉਂਦੀ ਸੁਹਰਾ ਭੈਣ ਵੀਰਾ ਹੈ ਅੱਛਾ ਅੱਛਾ ਭਾਈ ਜਿਹੜਾ ਬੰਦਾ ਮਾਤਮ ਕਰਨ ਵਾਸਤੇ ਬੈਠਾ ਹੋਈ ਹੱਕ ਅਦਾ ਕੀਤਾ ਵੇ ਰਾਜ਼ੀ ਆ ਸੈਣ ਰਾਜ਼ੀ ਹੋਵੀ ਅਕਬਰ ਦੇ ਪਾਲਣ ਵਾਲੀ ਮਾਂ ਰਾਜ਼ੀ ਹੋਵੀ ਮੈਂ ਤਾਂ ਦੇਖੇ ਅਕਬਰ ਦੀ ਚਾਰ ਸਾਲਾਂ ਦੀ ਭੈਣ ਬਾਬਾ ਜੀ ਮਾਤਮ ਜੋ ਕੀਤਾ ਹੈ ਸਰ ਤੋਂ ਛੋਟੀ ਜਿਹੜੀ ਚਾਦਰ ਜੋ ਢੱਲੀ ਹੈ ਅਲੀ ਦੀ ਧੀਆਂ ਦੇ ਮਾਸੂਮਾ ਜ਼ਰਾ ਚਾਦਰ ਸੰਭਾਲ ਮਾਤਮ ਕੀਤਾ ਰੋ ਰੋ ਕੇ ਆਦੀਏ ਵੀਰ ਜਿਨ੍ਹਾਂ ਦੇ ਆਇਓ ਸਫਨੇ ਮਰਦੇ ਯਾਦ ਨਹੀਂ ਰਹਿੰਦੇ ਨਾ ਭੈਣੀ ਕੋ ਪਰਦੇ